ਸ਼ਾਮਾ ਆਪਣੇ ਦੀਵਾਨਖਾਨਿਓਂ ਉੱਠਿਆ, ਆਪਣੇ ਕਮਰੇ ਵਿੱਚ ਆਰਾਮ ਕਰਨ ਤੁਰਿਆ ਜਾ ਰਿਹਾ। ਉਹਨੇ ਦਰਵਾਜ਼ੇ ਦੇ ਨਾਲ ਲਾ ਕੇ ਆਪਣੀ ਛੋਟੀ ਧੀ ਅਤੇ ਪੁੱਤਰ ਦੀਆਂ ਗੱਲਾਂ ਸੁਣੀਆਂ। ਭੈਣ ਆਖਣ ਲੱਗੀ, ਵੀਰਾਂ ਦੇਖ, ਅੱਜ ਆਪਾਂ ਹਿੰਦੂਆਂ ਦੇ ਘਰ ਜਨਮੇ, ਹਿੰਦੂਆਂ ਦੇ ਘਰ ਪਲੇ, ਆਪਣੀ ਖਾਤਰ ਸਿੱਖਾਂ ਦੇ ਨੌਵੇਂ ਗੁਰੂ ਨੇ ਆਪਣਾ ਬਲੀਦਾਨ ਕਰ ਦਿੱਤਾ। ਅੱਜ ਮੇਰਾ ਮਨ ਕਰਦਾ ਕਿ ਇਸ ਘਰ ਦੇ ਵਿੱਚੋਂ ਜਦ ਮੇਰਾ ਵਿਆਹ ਹੋਏਗਾ, ਮੇਰੀ ਡੋਲੀ ਤੁਰੇਗੀ, ਮੇਰਾ ਵੀਰ ਅੰਮ੍ਰਿਤ ਛੱਕ ਕੇ, ਅੰਮ੍ਰਿਤ ਤਾਰੀ ਵੀਰ ਮੇਰੀ ਡੋਲੀ ਨੂੰ ਵਧਾਗੀ ਦਏ, ਅਤੇ ਮੇਰੇ ਮਨ ਦੇ ਸੁਪਨੇ, ਦਿਲ ਦੀਆਂ ਸਧਰਾਂ ਪੂਰੀਆਂ ਹੋ ਜਾਣਗੀਆਂ। ਇਹ ਗੱਲਾਂ ਸ਼ਾਮੇ ਨੇ ਸੁਣ ਲਈਆਂ, ਸਾਰੀ ਰਾਤ ਨੀਂਦ ਨਹੀਂ ਆਈ। ਪੰਜਾਂ ਪਿੰਡਾਂ ਦਾ ਮੁਖੀਆ, ਸਿੱਖਾਂ ਦੇ ਉਸ ਵੇਲੇ ਸਿਰਾਂ ਦੇ ਇਨਾਮ ਆ, 25 ਰੁਪਈਏ 10 ਪੁਣ ਵਾਲੇ ਨੂੰ, 50 ਰੁਪਈਏ ਸਿਰ ਲਿਆਉਣ ਵਾਲੇ ਨੂੰ, ਅਤੇ 100 ਰੁਪਈਆ ਜਿਉਂਦੇ ਸਿੱਖ ਨੂੰ ਪਕੜ ਕੇ ਲਿਆਉਣ ਵਾਲੇ ਨੂੰ। ਸਵੇਰਾ ਹੋਇਆ, ਸ਼ਾਮੇ ਚੌਧਰੀ ਨੇ ਅੱਲਾ ਪਿੰਡ ਦਾ ਬੁਲਾਇਆ। ਉਸ ਵੇਲੇ ਉਹਨੂੰ ਬੁਲਾ ਕੇ ਆਖਿਆ, ਮੇਰੇ ਪੁੱਤਰ ਨੂੰ ਸੱਦ ਕੇ ਲਿਆ। ਲਓ ਪੁੱਤਰ ਦਰਬਾਰ ਵਿੱਚ ਆ ਗਿਆ, ਆਪਣੇ ਬਾਪ ਦੇ ਲਾ ਕੇ ਚਰਨਾਂ 'ਤੇ ਹੱਥ, ਉੱਠ ਕੇ ਖੜਾ ਹੋ ਗਿਆ। ਭਰੀ ਹੋਈ ਸੱਥ, ਭਰੀ ਹੋਈ ਸਭਾ ਅਤੇ ਖਚਾ ਖਚ ਭਰਿਆ ਦੀਵਾਨਖਾਨਾ। ਚੌਧਰੀ ਸ਼ਾਮੇ ਨੇ ਸਮੇਂ ਦੀ ਸਰਕਾਰ ਦੇ ਫਰਮਾਨ ਲਓ ਆਪਣੇ ਪੁੱਤਰ ਦੇ ਨਾਲ ਸਾਂਝੇ, ਹੇ ਐਂ ਕੀਤੇ ਆ ਭਾਈ। ਮੁਗਲਾਂ ਨੇ ਕਰਤਾ ਲਾਲ ਪੁੱਤਰਾ ਹੈ ਮਕੌਣਾ ਸਿੰਘਾਂ ਨੂੰ, ਮੁਗਲਾਂ ਨੇ ਕਰਤਾ ਲਾਲ ਪੁੱਤਰਾ ਹੈ ਮਕੌਣਾ ਸਿੰਘਾਂ ਨੂੰ। ਸਿੰਘ